ਇੱਥੇ ਧਰਨਾ ਲਾਇਆ ਜੌਨ ਫਲਾਵਰ ਦਾ, ਜਿਹੜਾ ਪੁਲਿਸ ਨੇ 174 ਦੀ ਕਾਰਵਾਈ ਕੀਤੀ ਆ, ਉਹ ਅਸਲ 'ਚ ਕਤਲ ਆ। ਉਹਦੇ ਪ੍ਰਸ਼ਾਸਨ ਗਰੀਬ ਮਸੀਹ ਲੋਕਾਂ ਦੇ ਨਾਲ ਸਭ ਤੋਂ ਵੱਧ ਧੱਕੇ ਖਾਈਆਂ ਜਿਹੜੀਆਂ ਕਾਂਗਰਸ ਸਰਕਾਰ ਬਣਨ 'ਤੇ ਹੋ ਰਹੀਆਂ ਨੇ। ਔਰ ਇੱਥੇ ਜਾਨ ਦੀ ਕੋਈ ਕੀਮਤ ਨਹੀਂ ਆ, ਨਾ ਤਾਂ ਡੈੱਡ ਬੋਡੀ ਨੂੰ ਮਿਲਦੇ ਆ। ਪੁਲਿਸ ਚੰਗੀ ਤਰ੍ਹਾਂ ਇਨਵੈਸਟੀਗੇਟ ਕਰਦੀ ਹੈ ਕਿ ਕੀ ਕਰਨਾ ਕੀ ਨਹੀਂ। ਇਹ ਸੋਚਦੇ ਨੇ ਜਿੱਦਾਂ ਰੋਡ 'ਤੇ ਇੱਕ ਕੁੱਤਾ ਮਰਿਆ ਲੱਭ ਗਿਆ ਚੁੱਕ ਕੇ ਸਾਈਡ 'ਤੇ ਕਰਤਾ, ਇਹ ਡੈੱਡ ਬੋਡੀ ਨੂੰ ਚੁੱਕਦੇ ਨੇ, ਪੋਸਟਮਾਰਟਮ ਕਰਵਾਉਂਦੇ ਨੇ, ਪਰਿਵਾਰ ਦੇ ਹਵਾਲੇ ਕਰ ਦਿੰਦੇ ਨੇ, ਆਪਣਾ ਪੱਲਾ ਝਾੜ ਦਿੰਦੇ। ਔਰ ਅਸੀਂ ਅੱਜ SP ਸਾਹਿਬ ਨੂੰ SSP ਦਫ਼ਤਰ ਦੇ ਅੱਗੇ ਮੈਮੋਰੈਂਡਮ ਦੇ ਤਾ ਵਾ, 7 ਦਿਨ ਦਾ ਅਲਟੀਮੇਟਮ ਦਿੱਤਾ ਵਾ। ਜੇ 7 ਦਿਨ ਦੇ ਵਿੱਚ ਇਹਨਾਂ ਨੇ ਉਹ ਜਿਹੜੀ ਧਾਰਾ ਬਦਲ ਕੇ ਜਿਹੜਾ ਪਰਿਵਾਰ ਦੇ ਮੈਂਬਰਾਂ ਨੂੰ ਜਿੱਥੇ ਸ਼ੱਕ ਆ, ਜੇ 302 'ਚ ਪਰਚਾ ਦਰਜ ਨਾ ਕੀਤਾ, ਜੁਰਮ 'ਚ ਵਾਧਾ ਨਾ ਕੀਤਾ, ਤਾਂ ਅਸੀਂ ਹਾਈਵੇ ਜਾਮ ਕਰਾਂਗੇ, ਹੋ ਸਕਦਾ SSP ਦਫ਼ਤਰ ਦਾ ਘਰੋ ਕਰਾਂਗੇ। ਔਰ ਇਹਦੇ ਪ੍ਰਤੀ ਪੂਰੇ ਪੰਜਾਬ 'ਚੋਂ ਸਾਡਾ ਭਾਈਚਾਰਾ ਨਾਲ ਆ ਕੇ ਸਾਡੇ ਖਲੋਏਗਾ। ਔਰ ਜੇ ਕੋਈ ਨੁਕਸਾਨ ਉਸ ਧਰਨੇ ਦੇ ਦੌਰਾਨ, ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੋਵੇਗੀ, ਸਰਕਾਰ ਦੀ ਜ਼ਿੰਮੇਵਾਰੀ ਹੋਵੇਗੀ, ਕਿਉਂਕਿ ਅਸੀਂ ਹੁਣ ਅੰਤਲੇ ਸਮੇਂ ਦੇ ਵਿੱਚ ਇਹਨਾਂ ਨੂੰ ਬਹੁਤ ਜ਼ਿਆਦਾ ਵੇਖ ਲਿਆ। ਅੱਜ ਤੱਕ ਕਿਸੇ ਵੀ ਕਤਲ ਦਾ ਪੁਲਿਸ ਨੇ ਸਾਨੂੰ ਇਨਸਾਫ਼ ਨਹੀਂ ਦਿੱਤਾ। ਸੋ ਜੇ ਲਾਸਟ ਸਾਡੀ ਕੌਲ ਹੋਏਗੀ, ਇਸ ਤੋਂ ਬਾਅਦ ਜਿਹੜਾ ਵਾ ਅਸੀਂ ਚੇਤਾਵਨੀ ਦਿੰਦੇ ਹਾਂ ਸਰਕਾਰ ਨੂੰ ਅਤੇ ਪ੍ਰਸ਼ਾਸਨ ਨੂੰ, ਜੇ ਇਹ ਕਤਲ ਕੇਸ ਦਾ ਇਨਸਾਫ਼ ਨਾ ਹੋਇਆ ਤਾਂ ਜ਼ਿੰਮੇਵਾਰੀ ਇਹਨਾਂ ਦੀ ਆਪ ਹੋਵੇਗੀ। ਠੀਕ ਹੈ ਜੀ, ਜਿਸ ਤਰ੍ਹਾਂ ਸਾਡੇ ਪ੍ਰਧਾਨ ਜੀ ਨੇ ਵੀ ਗੱਲ ਕਰ ਦਿੱਤੀ ਹੈ, ਇਹ ਮੈਂ ਦੱਸਣਾ ਚਾਹੁੰਦਾ, ਇੱਕ ਨਾ ਬੜੀ ਇੱਕ ਜਗੀਰਦਾਰਾਂ ਦੀ ਘਨਾਡਿਆਂ ਦੀ ਇੱਕ ਮਾਨਸਿਕਤਾ ਬਣਦੀ ਜਾ ਰਹੀ ਹੈ, ਕਿਉਂਕਿ ਹੁਣ ਭਾਈਚਾਰੇ 'ਚ ਬੜੀ ਜਾਗਰੂਕਤਾ ਗਈ ਅਤੇ ਜਿਹੜੇ ਖਾਸ ਕਰਕੇ ਨੌਜਵਾਨ ਆ ਹੁਣ ਉਹ ਗੁਲਾਮੀ ਵਿੱਚ ਨਹੀਂ ਹੈ, ਪੜ੍ਹੇ ਲਿਖੇ ਨੇ, ਸਮਝਦਾਰ। ਘਟਨਾ ਜਿਹੜੀ ਇਹਦੇ ਨਾਲ ਹੀ ਜੁੜਦੀ ਆ ਕਿ ਉਹਨਾਂ ਦੀ ਜਿਹੜੀ ਮਾਨਸਿਕਤਾ ਹੈ ਕਿ ਇਹਨਾਂ ਨੂੰ ਦਬਾਉਣਾ। ਹੁਣ ਇਹ ਜੌਨ ਫਲਾਵਰ ਜਿਹੜਾ, ਇਹਨੇ ਉਹਨਾਂ ਤੋਂ ਪੈਸੇ ਲੈਣੇ ਸੀ, ਪੈਸਿਆਂ ਦੀ ਮੰਗ ਕਰ ਰਿਹਾ ਸੀ, ਪਰ ਉਹ ਪੈਸੇ ਉਹਨੂੰ ਦੇ ਨਹੀਂ ਰਹੇ ਸੀ, ਉਹਦੀ ਮਜ਼ਦੂਰੀ ਨਹੀਂ ਦੇ ਰਹੇ ਸੀ, ਅਤੇ ਉਹਨਾਂ ਨੇ ਇਹ ਕੌਂਸਪਰੇਸੀ ਬਣਾਈ ਕਿ ਇਹਦਾ ਕਤਲ ਕਰਕੇ ਗੁੰਜਰ ਪੁਲ 'ਤੇ ਸਿੱਟ ਦਿਓ, ਤਾਂ ਕਿ ਇਹ ਜਿਹੜਾ ਆਮ ਲੋਕਾਂ ਨੂੰ ਇਹ ਨਜ਼ਰ ਆਵੇ ਕਿ ਐਕਸੀਡੈਂਟ ਹੋਇਆ। ਪਰ ਐਕਸੀਡੈਂਟ ਨਹੀਂ ਆ, ਪਰਿਵਾਰ ਦਾ ਇਹ ਦੋਸ਼ ਆ ਕਿ ਉਹਦਾ ਕਤਲ ਕਰਕੇ ਉੱਥੋਂ ਨੂੰ ਸਿੱਟਿਆ ਗਿਆ। ਜਿਸ ਪੁਲਿਸ ਨੇ ਇਨਵੈਸਟੀਗੇਟ ਨਹੀਂ ਕੀਤਾ ਉਹਨੂੰ ਫੌਰਨ, ਔਰ ਉਹਨਾਂ ਨੇ 174 ਦੀ ਕਾਰਵਾਈ ਕਰਕੇ ਆਪਣਾ ਪੱਲਾ ਝਾੜਿਆ। ਅਸੀਂ ਅੱਜ SSP ਸਾਹਿਬ ਨੂੰ ਇੱਕ ਡੈਲੀਗੇਸ਼ਨ ਦੇ ਤੌਰ 'ਤੇ ਅਸੀਂ ਏਕਤਾ ਸੰਘਰਸ਼ ਕਮੇਟੀ ਵੱਲੋਂ ਇੱਕ ਮੈਮੋਰੈਂਡਮ ਦੇਣ ਆਏ ਹਾਂ ਕਿ ਇਹਦੇ ਵਿੱਚ ਥੋਰਲੀ ਇਨਵੈਸਟੀਗੇਟ ਕੀਤਾ ਜਾਵੇ ਪ੍ਰੋਪਰਲੀ, ਔਰ ਜੋ ਪਰਿਵਾਰ ਦੇ ਓਬਜੈਕਸ਼ਨ ਨੇ ਉਹਦੇ ਮੁਤਾਬਕ ਜਾਂਚ ਹੋਵੇ, ਅਤੇ ਤਾਂ ਕਿ ਜਿਹੜੇ ਦੋਸ਼ੀ ਆ ਉਹਨਾਂ ਫੜੇ ਜਾਣ ਔਰ ਉਹਨਾਂ 'ਤੇ 302 ਦਾ ਮੁਕੱਦਮਾ ਦਰਜ ਹੋਵੇ। ਜੇ ਨਹੀਂ ਹੋਇਆ ਤਾਂ ਮੀਡੀਆ ਵੀ ਜਾਣਦਾ ਔਰ ਪ੍ਰਸ਼ਾਸਨ ਵੀ ਇੱਥੇ ਦਾ ਜਾਣਦਾ ਕਿ ਭਾਈਚਾਰੇ ਨੂੰ ਫਿਰ ਪ੍ਰੋਟੈਸਟ ਕਰਨ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਆ, ਔਰ ਅਸੀਂ ਫਿਰ ਹਾਈਵੇ ਜਾਮ ਕਰਾਂਗੇ। ਔਰ ਹੋ ਸਕਦਾ ਜਿਸ ਤਰ੍ਹਾਂ ਪਹਿਲਾਂ ਵੀ ਸਾਡੇ ਪ੍ਰਧਾਨ ਜੀ ਨੇ ਗੱਲ ਕੀਤੀ ਕਿ ਅਸੀਂ SSP ਸਾਹਿਬ ਦਾ ਦਫ਼ਤਰ ਵੀ ਘੇਰਾਂਗੇ, ਔਰ ਉਹਦੇ ਵਿੱਚ ਅਗਰ ਨੁਕਸਾਨ ਹੁੰਦਾ ਸਰਕਾਰ ਔਰ ਪ੍ਰਸ਼ਾਸਨ ਜ਼ਿੰਮੇਵਾਰ ਹੋਵੇ। ਸੋ ਇਮੀਜੀਏਟਲੀ ਪਰਚਾ ਦਰਜ ਹੋਣਾ।